ਰੱਖੀਆਂ ਨੇ ਜੀ। 11 ਮਾਰਚ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਤੁਸੀਂ ਕੀ ਤੁਹਾਡੇ ਵਿਚਾਰ ਅਨੁਸਾਰ ਕਿਹੜੇ ਕਿਹੜੇ ਪਾਸੇ ਨੂੰ ਝੁੱਕ ਰਹੀ ਹੈ ਜੀ ਰਿਜ਼ਲਟ? ਜਿਹੜਾ ਇਸ 11 ਮਾਰਚ ਨੂੰ ਨਤੀਜਾ ਆਉਣਾ ਹੈ ਇਹਨਾਂ ਚੋਣਾਂ ਦਾ ਵਿਧਾਨ ਸਭਾ ਦਾ, ਉਹ ਬੜਾ ਹੈਰਾਨੀਜਨਕ ਹੋਏਗਾ। ਜਿਵੇਂ ਕਿ 2012 ਵਿੱਚ ਨਤੀਜੇ ਆਏ ਸਨ ਅਤੇ ਬਹੁਤ ਸਾਰੇ ਲੋਕਾਂ ਦੇ ਵੱਖ ਵੱਖ ਉਹਨਾਂ ਦੇ ਇਹਦੇ ਬਾਰੇ ਅੰਦਾਜ਼ੇ ਸਨ, ਪਰ ਉਹ ਸਾਰੇ ਅੰਦਾਜ਼ੇ ਫੇਲ ਹੋ ਗਏ। ਇਸ ਤਰ੍ਹਾਂ ਹੀ ਇਸ ਵਾਰ ਜਿਹੜਾ ਹੋਣਾ ਐਲਾਨ ਚੋਣ ਨਤੀਜੇ ਆਉਣੇ ਹੈ ਉਹ ਬਹੁਤ ਹੀ ਹੈਰਾਨੀਜਨਕ ਹੋਣਗੇ ਔਰ ਉਹ ਅਕਾਲੀ ਭਾਜਪਾ ਦੇ ਹੱਕ 'ਚ ਜਾਣਗੇ। ਪਹਿਲਾਂ ਵਾਂਗ ਹੀ ਅਕਾਲੀ ਭਾਜਪਾ ਗਠਜੋੜ ਸਰਕਾਰ ਬਣੇ। ਜੇ ਆਪਾਂ ਹਲਕਾ ਸਨੌਰ ਦੀ ਗੱਲ ਕਰੀਏ ਤਾਂ ਉੱਥੇ ਚੰਦੂ ਮਾਜਰਾ ਸਾਹਿਬ ਦੇ ਬੇਟੇ ਦਾ ਮੁਕਾਬਲਾ ਬੀਬੀ ਟੌੜਾ ਨਾਲ ਹੈ। ਦੋਨੇ ਇੱਕ ਪਾਰਟੀ ਦੇ ਸੀਗੇ ਅਤੇ ਉਹ ਆਮ ਆਦਮੀ ਪਾਰਟੀ ਚਲੇ ਗਏ, ਅਤੇ ਹੈਰੀ ਮਾਨ ਅਤੇ ਜਿਹੜੇ ਦੂਜੇ ਕੈਂਡੀਡੇਟ ਨੇ ਉਹ ਵੀ ਆਪਣਾ ਪੂਰਾ ਆਧਾਰ ਰੱਖਦੇ ਨੇ। ਉੱਥੇ ਤੁਸੀਂ ਕੀ ਸਮਝਦੇ ਹੋ ਵੀ ਕਿਵੇਂ ਟੱਕਰ ਹੈ? ਉਹਦੇ ਵਿੱਚ ਉੱਥੇ ਜਿਹੜਾ ਨੌਜਵਾਨ ਆਗੂ ਹੈ ਇੰਦਰਪਾਲ ਸਿੰਘ ਚੰਦੂ ਮਾਜਰਾ, ਉਹਨਾਂ ਨੇ ਬਹੁਤ 6 ਮਹੀਨੇ ਪਹਿਲਾਂ ਵਰਕ ਕੀਤਾ, ਕੰਮ ਮਿਹਨਤ ਕੀਤੀ ਹੈ ਔਰ ਡਿਵੈਲਪਮੈਂਟ ਦੇ ਕੰਮ ਕਰਾਏ। ਸੜਕਾਂ ਖਰਾਬ ਸੀਗੀਆਂ, ਹੋਰ ਚੀਜ਼ਾਂ ਸੀਗੀਆਂ, ਤਹਿਸੀਲ ਵੀ ਬਣਾਈ ਹੈ ਔਰ ਲੋਕਾਂ ਨੂੰ ਜਿਹੜੀ ਕਾਫੀ ਉਹਨਾਂ ਨੇ ਗ੍ਰਾਂਟਾਂ ਵੀ ਦਵਾਈਆਂ 6 ਮਹੀਨਿਆਂ ਵਿੱਚ। ਉਹ ਮੇਰਾ ਖਿਆਲ ਪਿਛਲੇ ਸਾਲ 2016 ਅਗਸਤ ਤੋਂ ਲੱਗੇ ਹੋਏ ਔਰ ਉਹਨਾਂ ਨੇ ਵਰਕ ਜਿਹੜਾ ਕੀਤਾ ਹੈ ਉਸ ਵਰਕ ਤੋਂ ਸਾਰੇ ਹਲਕੇ ਦੇ ਲੋਕ ਹੈਰਾਨ ਹੈ ਔਰ ਉਹ ਇਹ ਬੀਬੀਆਂ ਵੀ ਕਹਿੰਦੀਆਂ ਕਿ ਇਹ ਲੜਕਾ ਹੈ ਇਹ ਸਾਡਾ ਆਪਣਾ ਬੱਚਾ ਹੀ ਲੱਗਦਾ ਹੈ ਇੰਦਰਪਾਲ ਸਿੰਘ ਚੰਦੂ ਮਾਜਰਾ, ਔਰ ਇਸ ਨੂੰ ਜ਼ਰੂਰ ਵੋਟਾਂ ਪਾਉਣ ਚਾਹੀਦੀਆਂ। ਉਹਦੇ ਨਾਲ ਨੌਜਵਾਨ ਵੀ ਕਾਫੀ ਹੈ ਔਰ ਜਿਹੜਾ ਆਪਾਂ ਇਹ ਕਹਿੰਦੇ ਹਾਂ ਕਿ ਬੀਬੀ ਟੌੜਾ ਹੈ ਜੀ ਉਸ ਨਾਲ ਦੱਸੋ, ਉਹਨਾਂ ਨੇ ਜਿਹੜਾ ਆਪਣਾ ਵਿਰਾਸਤ ਹੈ ਉਹਨੂੰ ਆਪਣਾ ਲੋਕਾਂ ਨਾਲ ਕੋਈ ਸਾਰ ਨਹੀਂ ਕੀਤੀ। ਜਦੋਂ ਉਹਨਾਂ ਜ਼ਹਿਰ ਕੀਤੀ ਆਪ ਤਾਂ ਕਾਫੀ ਲੋਕਾਂ ਨਾਲ ਨਾਰਾਜ਼ ਗਏ, ਜਿਹੜੇ ਟੌੜਾ ਸਾਹਿਬ ਦੇ ਹਮਾਇਤੀ ਹੈ ਉਹਨਾਂ ਨਾਲ ਨਹੀਂ ਗਏ, ਇਸ ਲਈ ਉਹ ਉਹਨਾਂ ਨੂੰ ਵੱਡਾ ਘਾਟਾ ਪੈ ਰਿਹਾ। ਤੁਸੀਂ ਬੁੱਧੀਜੀਵੀ ਸਮਾਜ ਨਾਲ ਸੰਬੰਧਿਤ ਹੋ ਅਤੇ ਸਿਆਸੀ ਗਤੀਵਿਧੀਆਂ ਤੁਹਾਡੀਆਂ ਇਹਦੇ ਨਾਲ ਨਾਲ ਕੀ ਚੱਲ ਰਹੀਆਂ ਨੇ? ਸਿਆਸੀ ਗਤੀਵਿਧੀਆਂ ਇਹ ਵੀ ਜਿਹੜਾ ਬੁੱਧੀਜੀਵੀ ਵਰਗ ਹੈ ਇਹ ਪੰਜਾਬ ਦੇ ਭਲੇ ਵਾਸਤੇ ਜਿਵੇਂ ਸੈਮੀਨਾਰ ਕਰਦੇ ਹਾਂ ਪਾਣੀਆਂ ਬਾਰੇ ਸੈਮੀਨਾਰ, ਪੰਜਾਬੀ ਪੌਦੇ ਇਲਾਕਿਆਂ ਬਾਰੇ ਔਰ ਧਰਮ ਦੇ ਬਾਰੇ ਅਸੀਂ ਕਰਦੇ ਰਹਿੰਦੇ ਹਾਂ ਇਕੱਠ। ਬਹੁਤ ਸਾਰੇ ਸਾਡੇ ਇਕੱਠ ਜਿਵੇਂ ਮੋਹਾਲੀ ਚੰਡੀਗੜ੍ਹ ਦੇ ਰਹਿੰਦੇ ਹੈ, ਪਟਿਆਲੇ ਵੀ ਹੋਏ, ਤਾਂ ਅਸੀਂ ਕਾਫੀ ਯੋਗਦਾਨ ਪਾਇਆ। ਜਿਹੜੇ ਪੰਜਾਬ ਦੇ ਮਸਲਿਆਂ ਬਾਰੇ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਔਰ ਨਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਔਰ ਭਰੂਣ ਹੱਤਿਆ ਬਾਰੇ ਜਾਗਰੂਕ ਕੀਤਾ ਹੈ, ਇਹ ਸਾਰੀਆਂ ਗੱਲਾਂ ਬਾਰੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਮੇਰੇ ਨਾਲ ਜਿਹੜੇ ਬੈਠੇ ਹੈ ਸਰ ਗੁਰਦੀਪ ਸਿੰਘ ਬਾਲੀਆ, ਇਹ ਪਟਿਆਲਾ ਜ਼ੋਨ 2 ਦੇ ਪ੍ਰਧਾਨ ਹੈ, ਇਹ ਨਾਲ ਹੀ ਹੁੰਦੇ ਹੈ ਅਤੇ ਅਸੀਂ ਉਹਦੀ ਜੀ ਵਰਗ ਨੂੰ ਨਾਲ ਜੋੜਿਆ ਔਰ ਪੰਜਾਬ ਦੇ ਮਸਲਿਆਂ ਨੂੰ ਅਸੀਂ ਬੜੀ ਗੰਭੀਰਤਾ ਨਾਲ ਦੇਖਿਆ ਔਰ ਪਰਖਿਆ ਔਰ ਅੰਤ ਵਿੱਚ ਇਹੀ ਨਿਕਲਦੀ ਹੈ ਕਿ ਜਿਹੜੀ ਇਹ ਭਾਈਚਾਰਕ ਸਾਂਝ ਪੰਜਾਬ ਦੇ ਵਿੱਚ ਹਿੰਦੂ ਏਕਤਾ ਜੇ ਕਾਇਮ ਰੱਖੀ ਹੈ ਤਾਂ ਉਹ ਸਰ ਵੱਧ ਨਹੀਂ। ਐਸਾ ਕੋਈ ਬੰਦਾ ਆਗੂ ਇਹਨਾਂ ਤਿੰਨਾਂ ਵਿੱਚੋਂ ਸਾਨੂੰ ਦਿਸਦਾ ਨਹੀਂ ਜਿਹੜਾ ਇੰਨਾ ਹਰਮਨ ਪਿਆਰਾ ਹੋਵੇ ਔਰ ਇੰਨਾ ਤਜਰਬਾ ਹੋਵੇ, 24 ਘੰਟੇ ਤਾਂ 18 ਘੰਟੇ ਕੰਮ ਕਰਦਾ ਹੋਵੇ, ਉਹ ਕਹਿੰਦੇ ਬਾਦਲ ਸਾਹਿਬ। ਇਸ ਕਰਕੇ ਉਹ ਦੇਸ਼ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਦੇ ਲਈ ਸਰਦਾਰ ਬਾਦਲ ਸਾਨੂੰ ਜਾਪਦਾ ਕਿ ਜਿਹੜੀ ਹੈ ਜਿੱਤ ਬਹੁਤ ਯਕੀਨੀ ਹੈ ਔਰ ਬਹੁਤ ਭਾਰੀ ਗਿਣਤੀ 'ਚ ਪਹਿਲਾ ਵਰਗਾ ਫਤਵਾ ਮਿਲੇਗਾ। ਨਸ਼ਿਆਂ ਦੇ ਮੁੱਦੇ ਦੇ ਉੱਪਰ ਸਾਰੀਆਂ ਪਾਰਟੀਆਂ ਨੇ ਸਿਆਸੀ ਲੜਾਈ ਲੜੀ ਹੈ ਜੀ, ਇਹਦੇ ਬਾਰੇ ਤੁਹਾਡਾ ਕੀ ਬੁੱਧੀਜੀਵੀ ਸਮਾਜ ਦਾ ਵੀ ਜਿਹੜਾ ਸਾਡੇ ਅੱਜ ਪਤਾ ਕੀ ਹੋਇਆ, ਅੱਗੇ ਗੱਲਾਂ ਹੁੰਦੀਆਂ ਸੀ ਸੱਚੀਆਂ ਗੱਲਾਂ, ਅੱਗੇ ਜਿਹੜੇ ਮੁੱਦੇ ਸੀਗੇ ਉਹ ਵੀ ਸੱਚੇ ਹੁੰਦੇ ਸੀਗੇ, ਹੁਣ ਲੋਕ ਕੀ ਕਰਦੇ ਹੈਗੇ ਹੁਣ ਉਸਨੂੰ ਮਿਸਯੂਜ਼ ਕਰਦੇ ਹੈ ਯਾਨੀ ਐਕਸਪਾਇਰ ਕਰਦੇ ਹੈ। ਉਹ ਕਹਿੰਦੇ ਵੀ ਆਪਾਂ ਇਹ ਗੱਲ ਕਰੋਗੇ ਆਪਾਂ ਨਸ਼ਿਆਂ ਦੀ ਗੱਲ ਕਰ ਦਿੰਦੇ ਹਾਂ, ਆਪਾਂ ਭਰੂਣ ਹੱਤਿਆ ਦੀ ਗੱਲ ਕਰ ਦਿੰਦੇ ਹਾਂ, ਉਹ ਅਸਲ ਗੱਲ ਹੁੰਦੀ ਨਹੀਂ ਹੈ। ਅਤੇ ਜਿਹੜੇ ਵੇਖੋ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਹੈ ਉਹ ਖੇਤਾਂ 'ਚ ਕੰਮ ਕਰਦੇ ਵੀ ਪਿੰਡ ਜਾ ਕੇ ਦੇਖੋ, ਔਰ ਜਦੋਂ ਹੁਣ ਇੱਥੇ ਟੈਸਟ ਹੋਇਆ ਪੁਲਿਸ ਨੌਕਰੀਆਂ ਦਾ ਉਹਦੇ ਵਿੱਚ ਕੋਈ ਬੰਦਾ ਐਸਾ ਮੇਰੇ ਜਿਹਦਾ ਨਸ਼ਾ ਕਰਦਾ ਹੋਵੇ, ਸਾਰੇ ਬੱਚੇ ਉਹ ਚੰਗੇ ਨੰਬਰ ਲੈ ਕੇ ਟੈਸਟ ਹੋਣ 'ਤੇ ਅੱਛਾ ਹੋਇਆ, ਅਤੇ ਜੇ ਐਸਾ ਹੁੰਦਾ ਤਾਂ ਉਹ ਨਸ਼ੇ ਉਹ 'ਚ ਫੇਲ ਹੋ ਜਾਂਦੇ ਟੈਸਟ ਵਿੱਚੋਂ। ਬਹੁਤ ਸਾਰੇ ਬੰਦੇ ਆਏ ਮੁੰਡੇ ਉਹਨਾਂ 'ਚ ਕੋਈ ਫੇਲ ਕੋਈ ਨਹੀਂ ਹੋਇਆ, ਨੰਬਰ ਘੱਟ ਹੋ ਸਕਦੇ ਹੈ ਪਰੰਤੂ ਜੇ ਨਸ਼ਾ ਹੁੰਦਾ ਤਾਂ ਐਸਾ ਕਿਉਂ ਹੁੰਦਾ? ਇਹ ਨਸ਼ਾ ਦੀ ਗੱਲਾਂ ਬਣਾਈਆਂ ਗਈਆਂ। ਅਸਲ ਵਿੱਚ ਜਿਹੜਾ ਪੰਜਾਬ ਜਿੰਦਾ ਗੁਰਾਂ ਦੇ ਨਾਮ 'ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ, ਤੋ ਹਰ ਆਪਣਾ ਪਿੰਡ ਵਿੱਚ ਸਵੇਰੇ ਗੁਰਬਾਣੀ ਦਾ ਪਾਠ ਹੁੰਦਾ ਜਾਪ ਹੁੰਦਾ ਅਤੇ ਲੋਕ ਜਿਹੜੇ ਹੈਗੇ ਉਹ ਗੁਰਬਾਣੀ ਨੂੰ ਮੰਨਦੇ। ਨੌਜਵਾਨ ਜਿਹੜੇ ਮੁੰਡੇ ਹੈਗੇ ਉਹ ਕਬੱਡੀ ਦੀ ਖੇਡਾਂ ਵਿੱਚ ਹਿੱਸਾ ਲਿਆ, ਉਹਨਾਂ ਨੇ ਕਬੱਡੀ ਦੇ ਕਿੰਨੇ ਇੱਥੇ ਹੋਏ, ਉਹਨਾਂ ਨੂੰ ਨਾਮ ਵੀ ਮਿਲੇ, ਬਹੁਤ ਸਾਰੀ ਕਬੱਡੀ ਦੀਆਂ ਬਹੁਤ ਸਾਲ ਪਹਿਲਾਂ ਵੱਡੇ ਵੱਡੇ ਸ਼ਹਿਰਾਂ ਵਿੱਚ ਕਰਾਏ ਗਏ। ਇਸ ਕਰਕੇ ਜਿਹੜੇ ਪੰਜਾਬ ਦੇ ਨੌਜਵਾਨ ਹੈ ਉਹ ਬਹੁਤ ਚੰਗੇ ਸਿਹਤ ਉਹਨਾਂ ਦੀ ਚੰਗੀ ਉਹਨਾਂ ਦੀ ਗੱਲ ਹੈ, ਉਹ ਆਪਣੇ ਕੰਮ ਕਰਦੇ ਹੈ। ਨਸ਼ਿਆਂ ਦੀ ਗੱਲ ਤਾਂ ਜੇ ਮੰਨੀਏ
ਤਾਂ ਮਾੜਾ ਮੋਟਾ ਨਸ਼ਾ ਤਾਂ ਲੋਕ ਸਾਰੀ ਦੁਨੀਆ ਹੀ ਥੋੜ੍ਹੀ ਬਹੁਤ ਡਰਿੰਕ ਸ਼ਾਮ ਨੂੰ ਕਰਦੇ, ਬੜੇ ਬੜੇ ਅਫਸਰ ਵੀ ਕਰਦੇ, ਇਹ ਜਿਹੜੇ ਆਪ ਦੇ ਨੇਤਾ ਵੀ ਸਾਰੇ ਸ਼ਾਮ ਰੋਟੀ ਤਾਂ ਖਾਂਦੇ ਸ਼ਰਾਬੀਏ, ਇਹ ਨਸ਼ੇ ਨਹੀਂ ਕਹਿ ਜਾ ਸਕਦੇ। ਨਸ਼ੇ ਜਿਹੜੇ ਹੈਗੇ ਉਹ ਗੱਲਾਂ ਹੋ ਰਹੀਆਂ ਨੇ, ਗੱਲਾਂ ਬਣਾਈਆਂ। ਵਿਰੋਧੀਆਂ ਕੋਲ ਕੋਈ ਮਸਲਾ ਨਹੀਂ ਹੈ ਜੀ ਨਸ਼ੇ ਦੀ ਗੱਲ ਤਾਂ, ਮਤਲਬ ਜੇ ਦੇਖਿਆ ਜਾਵੇ ਕੋਈ ਨਹੀਂ ਹੈ ਪੰਜਾਬ 'ਚ, ਤਾਂ ਬਦਨਾਮ ਕੀਤਾ ਜਾ ਰਿਹਾ। ਉੱਥੇ ਵੀ ਹੈ ਜੀ, ਜੇ ਨਸ਼ੇ ਜਿਹੜੇ ਹੈਗੇ ਹਿਮਾਚਲ 'ਚ ਵੀ ਹੈਗੇ, ਹਰਿਆਣੇ 'ਚ ਵੀ ਹੈਗੇ, ਕਿਉਂਕਿ ਪੰਜਾਬ 'ਚ ਇਹ ਗੱਲ ਇੰਨੀ ਨਹੀਂ ਹੈ ਜਿੰਨੀ ਕਿ ਕਹਿ ਕੇ ਕਰਾਈ ਗਈ ਹੈ। ਇਹ ਨੂੰ ਇੱਕ ਮੁੱਦਾ ਬਣਾਇਆ ਗਿਆ, ਅਸਲ 'ਚ ਮੁੱਦਾ ਹੈ ਨਹੀਂ। ਅਕਾਲੀ ਦਲ ਬੀਜੇਪੀ ਸਰਕਾਰ ਨੇ ਜਿਹੜੀ ਪਾਰਟੀ ਹੈ, ਇਹਨਾਂ ਨੇ ਵਿਕਾਸ ਦੇ ਮੁੱਦੇ 'ਤੇ ਚੋਣ ਲੜੀ ਹੈ। ਤੁਹਾਨੂੰ ਕੀ ਲੱਗਦਾ ਪਿਛਲੀ ਸਰਕਾਰ ਨੇ ਕਿੰਨਾ ਕੁ ਵਿਕਾਸ ਸੀਗਾ, ਅਤੇ ਮਤਲਬ ਤੁਹਾਡੇ ਖਿਆਲ ਨਾਲ ਕਿੱਥੇ ਢੁੱਕਦਾ ਇਹ? ਮੈਂ ਤੁਹਾਨੂੰ ਕਹਾਂਗਾ ਕਿ ਪਹਿਲਾਂ 2002 ਤੋਂ ਲੈ ਕੇ 2007 ਤੱਕ ਪਹਿਲਾਂ ਕਾਂਗਰਸ ਸਰਕਾਰ ਰਹੀ ਹੈ। ਉਹਨਾਂ ਦੇ ਸਮੇਂ 'ਚ ਜਿਵੇਂ ਸੜਕਾਂ ਹੁਣ ਅਸੀਂ ਦੇਖਦੇ ਹਾਂ, ਮੈਂ ਆਪਣੇ ਪਿੰਡ ਬਠਿੰਡੇ ਜਦੋਂ ਜਾਣ ਲੱਗਿਆ ਇੱਥੋਂ ਪਾਨੀਗੜ੍ਹ ਰੋਡ ਤੋਂ, ਤਾਂ ਅਸੀਂ ਬਠਿੰਡੇ ਬਹੁਤ ਜਲਦੀ ਪਹੁੰਚੇ, ਅਤੇ ਮੈਨੂੰ ਉਹ ਡਰਾਈਵਰ ਕਹਿਣ ਲੱਗਾ ਵੀ ਸੜਕ ਇਹੋ ਜਿਹੀ ਪਰਾਂ ਵਾਂਗੇ ਦੇਖੀ ਨਹੀਂ। ਮੈਂ ਕਿਹਾ ਤਾਂ ਲੱਗਦਾ ਜਿਵੇਂ ਸਮੈਂਟ ਲਾਇਆ ਹੁੰਦਾ। ਉਹ ਕਹਿੰਦੇ ਇੱਕ ਪਾਸੇ ਸਮੈਂਟ ਹੈ, ਇੱਕ ਪਾਸੇ ਬੀਜ ਹੈ, ਔਰ ਉਹ ਸੜਕ ਇਉਂ ਲੱਗਦੀ ਹੈ ਵੀ ਜਿਵੇਂ ਚੰਡੀਗੜ੍ਹ ਦੇ ਇਲਾਕੇ ਨੂੰ ਵਧੀਆ, ਹੋਰ ਬੰਗਲੌਰ ਦੇ ਇਲਾਕੇ ਤੋਂ ਵਧੀਆ। ਮੇਰਾ ਖਿਆਲ ਉਹ ਫਾਰਨ ਦੇ ਲੈਵਲ 'ਤੇ ਸੜਕ ਬਣਾਈ ਗਈ। ਇਹੋ ਜਿਹੀ ਸੜਕਾਂ ਜੇ ਅਸੀਂ ਦੇਖੀਏ ਪਹਿਲਾਂ ਕਦੇ ਨਹੀਂ ਬਣੀਆਂ। ਇਹ ਫਿਰ ਬਾਦਲ ਸਾਹਿਬ ਜੀ ਹੈ, ਏਅਰਪੋਰਟ ਬਣਾ ਦਿੱਤੇ, ਏਅਰਪੋਰਟ ਕਿੰਨੇ ਬਣ ਗਏ ਜੀ, ਫਿਰ ਏਮਜ਼ ਬਣ ਗਿਆ ਹੈਗਾ ਬਠਿੰਡੇ ਵਿੱਚ, ਔਰ ਇੱਕ ਆਪਣਾ ਨਿਊ ਚੰਡੀਗੜ੍ਹ 'ਚ ਵੱਡਾ ਹਸਪਤਾਲ ਬਣ ਰਿਹਾ ਕੈਂਸਰ ਦਾ। ਇਹ ਕਰਕੇ ਬਠਿੰਡੇ 'ਚ ਹੀ ਬਣ ਰਿਹਾ, ਕਾਫੀ ਲੋਕ ਇਸ ਗੱਲ ਤੋਂ ਖੁਸ਼ ਹੈ ਉਹਨਾਂ ਦੇ ਇਸ ਕੰਮ ਤੋਂ। ਅਤੇ ਹੁਣ ਜਿਹੜਾ ਹਵਾਈ ਅੱਡਾ ਉੱਥੇ ਬਣ ਗਿਆ ਮੋਹਾਲੀ, ਉਹਦੇ 'ਚ ਵੀ ਲੋਕ ਕਹਿੰਦੇ ਸੀ ਕੱਲ੍ਹ ਨੂੰ ਅਸੀਂ ਸਬਜ਼ੀਆਂ ਬਾਹਰ ਭੇਜਾਂਗੇ, ਹੋਰ ਚੀਜ਼ਾਂ ਬਾਹਰ ਭੇਜਾਂਗੇ, ਸਾਨੂੰ ਬੜਾ ਫਾਇਦਾ ਹੋਊ। ਜਲੰਧਰ ਅੰਮ੍ਰਿਤਸਰ ਜਾਣ ਲੱਗੇ ਜਿੰਨਾ ਟਾਈਮ ਲੱਗਦਾ ਸੀ, ਉਸ ਤੋਂ ਹੁਣ ਅੱਧ ਟਾਈਮ 'ਚ ਉੱਥੇ ਪਹੁੰਚ ਜਾਈਦਾ। ਜਲੰਧਰ ਪਹੁੰਚ ਜਾਈਦਾ, ਨਸ਼ਾ ਦੀ ਗੱਲ ਨਾ ਪਹੁੰਚ ਜਾਈਦਾ। ਇੰਨੀਆਂ ਸਾਫ਼ ਸੁਥਰੀਆਂ ਸੜਕਾਂ, ਇੰਨੀ ਡਿਵੈਲਪਮੈਂਟ ਹੋਈ ਹੈ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਹੀ ਕਰਾਈ ਹੈ ਜੀ, ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹੀ ਕਰਾਈ ਹੈ। ਇੰਨੀ ਡਿਵੈਲਪਮੈਂਟ ਨਾ ਕਿਸੇ ਚੀਫ ਮਿਨਿਸਟਰ ਨੇ ਅੱਜ ਤੱਕ ਕਰਾਈ ਹੈ, ਨਾ ਹੀ ਕਿਸੇ ਨੇ ਕਰਾਉਣੀ। ਹਿੰਦੂ ਸਿੱਖ ਏਕਤਾ ਜੋ ਕਾਇਮ ਰਹੀ ਹੈ ਪੰਜਾਬ 'ਚ, ਉਹ ਸਿਰਫ ਅਕਾਲੀ ਦਲ ਨੇ ਹੀ ਕਾਇਮ ਰੱਖੀ ਹੈ, ਸਰ ਬਾਦਲ ਨੇ ਕਾਇਮ ਰੱਖੀ ਹੈ। ਇਹ ਜਿਹੜਾ ਬੀਜੇਪੀ ਦਾ ਸਾਂਝ ਹੈ, ਗੱਠਜੋੜ ਹੈ, ਇਸ ਨਾਲ ਕਦੇ ਵੀ ਕੋਈ ਹਿੰਦੂਆਂ ਦਾ ਝਗੜਾ ਅਕਾਲ ਸਿੱਖਾਂ ਨਾਲ ਨਹੀਂ ਹੋਇਆ, ਕਿਸੇ ਵੀ ਸ਼ਹਿਰ 'ਚ ਨਹੀਂ ਹੋਇਆ। ਇਸ ਕਰਕੇ ਇਹ ਉਹਨਾਂ ਨੇ ਜਿਹੜਾ ਕਾਇਮ ਰੱਖਿਆ ਇਸ ਸਾਂਝ ਨੂੰ, ਇਹ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ। ਬੁੱਧੀਜੀਵੀ ਸਮਾਜ ਵੱਲੋਂ ਤੁਸੀਂ ਆਉਣ ਵਾਲਾ ਸਮਾਂ ਜਿਹੜਾ, ਉਹਦੇ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਸਰੋਤਿਆਂ ਨੂੰ? ਉਹ ਸੁਨੇਹਾ ਇਹ ਹੈ ਵੀ ਜਿਹੜੇ ਆਪਣਾ ਨੌਜਵਾਨ ਹੈ ਉਹ ਮਿਹਨਤ ਕਰਨ, ਚੰਗੇ ਨੰਬਰ ਲੈਣ, ਔਰ ਚੰਗੇ ਨੰਬਰ ਆਪਣੇ ਕੰਟੈਸਟ ਕਰਨ, ਉਹਦੇ ਵਿੱਚ ਕੰਪੀਟੀਸ਼ਨ 'ਚ ਉਹ ਅੱਗੇ ਆ ਸਕਦੇ, ਨੌਕਰੀ ਮਿਲ ਸਕਦੀ ਹੈ। ਇੱਥੇ ਮਿਹਨਤ ਕਰਦੇ ਪੰਜਾਬ 'ਚ, ਔਰ ਆਪਣਾ ਉਹ ਸਕਿੱਲ ਡਿਵੈਲਪਮੈਂਟ ਸੈਂਟਰ ਬਣੇ ਹੈ, ਸਕਿੱਲ ਸੈਂਟਰ, ਉੱਥੇ ਜਾ ਕੇ ਉਹ ਕੰਮ ਸਿੱਖਣ, ਉਹ ਆਪਣੇ ਮਿਹਨਤ ਕਰਕੇ ਅੱਗੇ ਆ ਸਕਦੇ। ਸਰਕਾਰ ਨੇ ਬੜੀਆਂ ਫੈਸਿਲਿਟੀਜ਼ ਦਿੱਤੀਆਂ, ਇਹ ਜਿਹੜਾ ਆਪਾਂ ਕਹਿੰਦੇ ਹਾਂ ਵੀ ਜੇ ਆਪਣਾ ਕੁਛ ਗੱਲਾਂ ਅਫਵਾਹਾਂ ਤੋਂ ਬਚਣ, ਸਾਰੇ ਪੰਜਾਬੀ ਅਫਵਾਹਾਂ ਤੋਂ ਬਚਣ, ਆਪਣੇ ਕੰਮ ਵੱਲ ਧਿਆਨ ਦੇਣ, ਖਾਸ ਕਰਕੇ ਨੌਜਵਾਨਾਂ ਨੂੰ ਸੁਨੇਹਾ ਹੀ ਹੈ ਕਿ ਉਹ ਆਪਣਾ ਚੰਗੀ ਪੜ੍ਹਾਈ ਕਰਨ, ਚੰਗੇ ਵਿੱਦਿਆ ਨੰਬਰ ਲੈ ਕੇ ਅੱਗੇ ਵਧਣ। ਇਹ ਜਿਵੇਂ ਲੜਕੀਆਂ ਫਸਟ ਆਉਂਦੀਆਂ, ਬੱਚੇ ਫਸਟ ਆਉਣ, ਔਰ ਚੰਗੇ ਨੰਬਰ ਲੈ ਕੇ PhD ਵੀ ਕਰ ਸਕਦੇ ਹੈ, ਹੋਰ ਵੀ ਕਰ ਸਕਦੇ ਹੈ, ਬੜੇ ਮੌਕੇ ਉਹਨਾਂ ਨੂੰ ਮਿਲਣਗੇ। ਐਸੀ ਗੱਲ ਕੋਈ IAS ਅਫਸਰ ਜਿਵੇਂ ਲੋਕ ਬਣ ਜਾਂਦੇ, PCS ਬਣ ਜਾਂਦੇ, ਗਰੀਬ ਗਰੀਬ ਬੱਚਿਆਂ ਦੇ ਗਰੀਬ ਲੋਕ PCS ਬਣੇ, IAS ਅਫਸਰ ਬਣੇ, ਉਹਨਾਂ ਵਾਂਗ ਮੁੰਡੇ ਆਪਣੀ ਮਿਹਨਤ ਕਰਨ, ਬਾਹਰ ਜਾ ਕੇ ਵੀ ਕੰਮ ਕਰਦੇ, ਇੱਥੇ ਆਪਾਂ ਕੰਮ ਕਰੀਏ, ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਪੰਜਾਬ ਦਾ ਨਾਂ ਰੋਸ਼ਨ ਹੋਣਾ ਚਾਹੀਦਾ ਜੀ, ਇੱਥੇ ਮਿਹਨਤ ਕਰਨ, ਬੱਚੇ ਬਾਹਰ ਜਾ ਕੇ ਤਾਂ ਮਿਹਨਤ ਕਰਦੇ, ਇੱਥੇ ਕਹੀ ਜਾਂਦੇ ਵੀ ਮਿਹਨਤ ਨਹੀਂ ਕਰਦੇ ਜੀ, ਇੱਥੇ ਆਪਣਾ ਕੰਮ ਕਰਦੇ ਸ਼ਰਮ ਆਉਂਦੀ ਹੈ, ਬਾਹਰ ਜਾਈ ਜਾਂਦੇ, ਪੇਰੈਂਟਸ ਨੂੰ ਕਹਿੰਦੇ ਜਿਵੇਂ ਲੋਨ ਲੈ ਲਓ ਜੀ, ਬੈਂਕਾਂ ਤੋਂ ਲੋਨ ਲੈ ਲਓ, ਜ਼ਮੀਨ ਗਹਿਣੇ ਰੱਖ ਦਿਓ, ਅਸੀਂ ਤਾਂ ਬਾਹਰ ਜਾਣਾ ਜੀ। ਭੇਡ ਚਾਲ ਬਣ ਗਈ ਇੱਕ ਬੱਚਿਆਂ 'ਚ, ਅਸੀਂ ਬਾਹਰ ਜਾਣਾ, ਅਸੀਂ ਬਾਹਰ ਜਾਣਾ। ਉੱਥੇ ਜਾ ਕੇ ਤਾਂ ਤਿੰਨ ਤਿੰਨ ਜੋਬ ਕਰਨਗੇ, ਰਾਤ ਨੂੰ ਕੋਈ ਕੰਮ ਕਰਦੇ, ਦਿਨੇ ਕੋਈ ਕੰਮ ਕਰਦੇ, ਸ਼ਾਮ ਨੂੰ ਕੋਈ ਕੰਮ ਕਰਦੇ, ਡਰਾਈਵਰੀ ਕਰਦਾ, ਕੋਈ ਕਾਰ ਵਾਸ਼ ਕਰਦਾ, ਕੋਈ ਹੋਟਲ 'ਚ ਕੰਮ ਕਰਦਾ, ਉਹੀ ਕੰਮ ਉਹ ਲੋਕ ਇੱਥੇ ਕਰ ਸਕਦੇ। ਇੱਥੇ ਸਰਕਾਰ ਨੇ ਇੰਨੀਆਂ ਫੈਸਿਲਿਟੀਆਂ ਦਿੱਤੀਆਂ ਬਾਦਲ ਸਰਕਾਰ ਨੇ, ਵੀ ਉਹਦਾ ਫਾਇਦਾ ਉਠਾਉਣਾ ਚਾਹੀਦਾ ਬੱਚਿਆਂ ਨੂੰ, ਪੇਰੈਂਟਸ ਨੂੰ ਤੰਗ ਨਹੀਂ ਕਰਨਾ ਚਾਹੀਦਾ ਵੀ ਕਰਜ਼ਾ ਲੈ ਲਓ ਜੀ। ਵੀ ਕਈ ਇਹੋ ਜਿਹੇ ਬੱਚੇ ਜਿਹਨਾਂ ਦਿਲ ਨਹੀਂ ਲੱਗਦਾ, ਉਹ 2-3 ਮਹੀਨੇ ਲਾ ਕੇ ਵਾਪਸ ਆ ਜਾਂਦੇ ਨੇ, ਉਹ ਫਿਰ ਕਰਜ਼ਾ ਉੱਥੇ ਹੀ ਖੜਾ, ਕਰਜ਼ਾ ਕਿਵੇਂ ਉਤਰੂਗਾ? ਪੇਰੈਂਟਸ ਵਿਚਾਰੇ ਕਰਜ਼ੇ ਉਤਾਰਦੇ ਫਿਰਦੇ ਨੇ, ਕਦੀ ਜ਼ਮੀਨ ਵੇਚ, ਕਦੀ ਕੁਛ ਕਰ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬੱਚਿਆਂ ਨੂੰ ਇੱਥੇ ਮਿਹਨਤ ਕਰਨੀ ਚਾਹੀਦੀ ਹੈ, ਆਪਣਾ ਕੰਮ ਕਾਰ ਕਰਨਾ ਚਾਹੀਦਾ, ਕੋਈ ਡੈਰੀ ਫਾਰਮ ਹੈ, ਕੋਈ ਮੁਰਗੀ ਫਾਰਮ ਹੈ, ਕੋਈ ਹੋਰ ਇੰਡਸਟਰੀ, ਮਿੰਨੀ ਇੰਡਸਟਰੀ ਲਾ ਸਕਦੇ ਆ, ਕੋਈ ਗੱਡੀਆਂ ਪਾ ਸਕਦਾ ਬੰਦਾ, ਲੋਨ ਫੈਸਿਲਿਟੀਜ਼ ਇੰਨੀ ਹੈ ਪੰਜਾਬ 'ਚ, ਕਹਿਣ ਦੀ ਗੱਲ ਨਹੀਂ। ਅਕਾਲੀ ਭਾਜਪਾ ਸਰਕਾਰ ਨੇ ਬੱਚਿਆਂ ਦੀ ਮਦਦ ਕੀਤੀ ਆ, ਬੜੀਆਂ ਸਹਾਇਤਾ ਕੀਤੀ ਆ ਪੰਜਾਬ ਦੇ ਲੋਕਾਂ ਦੀ, ਬੱਚਿਆਂ ਦੀ, ਉਹਦਾ ਫਾਇਦਾ ਉਠਾਉਣਾ ਚਾਹੀਦਾ।
ਹੁਣ ਤੁਸੀਂ U24 ਨੂੰ ਸਬਸਕ੍ਰਾਈਬ ਕਰ ਸਕਦੇ ਹੋ ਯੂਟਿਊਬ ਫੇਸਬੁੱਕ ਟਵਿੱਟਰ ਅਤੇ ਵਟਸਐਪ ਤੇ। U24 ਤੁਹਾਡਾ ਆਪਣਾ www.u24.live।